ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ ਭਾਈ ਬਸ਼ੀਰ ਬੀਬਾ ਜੀ, ਕੀ ਹਾਲ ਜੇ? ਅੱਲਾਹ ਦਾ ਸ਼ੁਕਰ ਹੈ, ਤੁਸੀਂ ਆਪਣੇ ਸੁਣਾਓ, ਠੀਕ ਹੋ? ਅਲਹਮਦੁਲਿਲਾ ਜਨਾਬ। ਮੇਰਾ ਪਤਾ ਜੇ ਮੈਂ ਕੌਣ ਬੋਲਣ ਡਿਆ? ਮੈਂ ਮਾੜਾ ਮੋਟਾ, ਮੈਨੂੰ ਆ ਰਿਹਾ ਪਛਾਣ 'ਚ। ਇਹ ਤੁਹਾਡੀ ਵਾਜਿਆਂ ਵਾਲੀ ਦੁਕਾਨ ਹੈ? ਨਹੀਂ ਨਹੀਂ ਯਾਰ। ਅੱਛਾ ਭਲਾ ਅੱਜ ਪਛਾਣ ਕੇ ਦੱਸੋ ਯਾਰ। ਮੈਨੂੰ ਸ਼ੱਕ ਪੈਂਦਾ ਹੈ ਵੀ ਤੁਸੀਂ ਮੁਰਾਦ ਖਾਨ ਸਾਹਿਬ ਤਾਂ ਨਹੀਂ ਬੋਲ ਰਹੇ? ਕੌਣ? ਮੁਰਾਦ ਖਾਨ ਸਾਹਿਬ। ਕਿਹੜਾ ਮੁਰਾਦ ਖਾਨ ਸਾਹਿਬ ਯਾਰ? ਯਾਰ ਉਹ ਟੁੱਟੇ ਫੌਜੀ ਬੈਂਡ ਵਾਲੇ। ਨਾ ਨਹੀਂ ਭਾਜੀ, ਨਹੀਂ ਤੁਸੀਂ ਯਾਰ ਬੁੱਝੋ ਮੈਂ ਕੌਣ ਬੋਲਣ ਡਿਆ। ਯਾਰ ਮੇਰੇ ਜਿੱਥੇ ਤੱਕ ਜੇਬ 'ਚ ਆਉਂਦਾ ਨਾ, ਤੁਸੀਂ ਸਦਕਾ ਵਦਕਾ ਲੈ ਲੈਂਦੇ? ਓਏ ਚਵਲੇ, ਤਮੀਜ਼ ਦੇ ਦਾਇਰੇ 'ਚ ਗੱਲ ਕਰ। ਤੈਨੂੰ ਮੈਂ ਪਿਆਰ ਨਾਲ ਗੱਲ ਕਰਨ ਡਿਆ ਅਤੇ ਤੂੰ ਉਲਟਾ ਜਵਾਬ ਲੈਣ ਡਿਆ, ਤੂੰ ਸਮਝਿਆ ਨਹੀਂ ਅਜੇ? ਯਾਰ ਮੈਂ ਤੈਨੂੰ ਪਿਆਰ ਨੂੰ ਫੋਨ ਕੀਤਾ, ਤੂੰ ਅੱਗੋਂ ਮੈਨੂੰ ਜੁਗਦਾ ਨਹੀਂ ਸ਼ੁਰੂ ਹੋ ਗਿਆ। ਮੇਰਾ ਖਿਆਲ ਆ ਵੀ ਤੁਹਾਨੂੰ ਮੈਂ ਪਛਾਣ ਲਿਆ। ਅੱਛਾ, ਬਿਲਕੁਲ ਪਛਾਣ ਲਿਆ। ਪਛਾਣ ਲਿਆ, ਦੱਸੋ। ਬਿਲਕੁਲ ਮੈਂ ਪਛਾਣ ਲਿਆ। ਦੱਸੋ ਫਿਰ। ਉਹ ਭਾਈ ਜੀ ਤੁਸੀਂ ਛਲੀਆਂ ਤਾਂ ਨਹੀਂ ਹੁੰਦੇ? ਬੇਸ਼ੁਮਾਰ ਕਰਨਿਆ ਹੋਏ, ਅਸੀਂ ਜੱਟ ਹੁੰਦੇ ਹਾਂ। ਜੱਟ ਜੱਟ ਹੁੰਦੇ? ਹਾਂ ਜੱਟ ਹੁੰਦੇ ਹਾਂ। ਅਤੇ ਦੱਸੋ ਕਿਹੜੇ ਜੱਟ ਆ ਅਸੀਂ? ਤੁਸੀਂ ਖਾਨ ਸਾਹਿਬ ਜੱਟ ਤਾਂ ਨਹੀਂ? ਓਏ ਤੈਨੂੰ ਲਵੇ ਮੌਲਾ, ਮੈਂ ਉਹ ਨਹੀਂ ਹੈ ਯਾਰ। ਮੈਨੂੰ ਜਿੱਥੇ ਤੱਕ ਪਛਾਣ 'ਚ ਆ ਰਹੀ ਨਾ ਆਵਾਜ਼ ਤੁਹਾਡੀ, ਹਾਂ ਹਾਂ, ਤੁਸੀਂ ਕੋਈ ਗਾਣਾ ਗੁਣਾ ਵੀ ਗਾਉਂਦੇ ਹੋ? ਇਹ ਗਾਣਾ ਗੁਣਾ ਕਦੀ ਕਿਤੇ ਗਾ ਲਈਦਾ, ਕਦੀ ਕਿਤੇ। ਹਾਂ ਓਹੋ, ਇਹ ਤਾਂ ਮੇਰਾ ਭਰਾ ਵੀ ਯਾਸਰ ਖਾਂ ਹੋ ਗਿਆ ਯਾਰ। ਓਹੋ, ਇਹ ਉਹੀ ਤਾਂ ਨਹੀਂ ਕਿਤੇ? ਇਹ ਬਿਲਕੁਲ ਉਹੀ ਜੀ, ਬਿਲਕੁਲ ਉਹੀ। ਪਛਾਣ ਲਿਆ ਤੁਸੀਂ ਜੀ? ਪਛਾਣ ਲਿਆ, ਪਛਾਣ ਲਿਆ ਜਨਾਬ। ਬੜੇ ਦਿਨਾਂ ਬਾਅਦ ਤੁਸੀਂ ਅੱਜ ਰਾਬਤਾ ਕੀਤਾ, ਕੀ ਗੱਲ ਖੈਰ ਸੀ? ਅੱਲਾ ਦੀ ਖੈਰ ਜੀ, ਅੱਲਾ ਦਾ ਸ਼ੁਕਰ ਜੀ, ਅੱਲਾ ਦਾ ਕਰਮ ਹੈ। ਤੁਸੀਂ ਆਪਣਾ ਸੁਣਾਓ। ਬਿਲਕੁਲ ਬੜਾ ਅੱਲਾ ਦਾ ਕਰਮ ਹੈ ਜਨਾਬ। ਅਤੇ ਅੱਜ ਕਿਵੇਂ ਯਾਦ ਕਰ ਲਿਆ ਤੁਸੀਂ ਇੰਨੀ ਠੰਡ? ਐਵੇਂ ਠੰਡ ਦਾ ਨਾਂ ਨਾ ਲੈ ਯਾਰ, ਤੇਰੀ ਮਿਹਰਬਾਨੀ ਹੈ। ਇਹ ਕੋਈ ਤੱਤੀ ਤੱਤੀ ਗੱਲ ਕਰ। ਤੁਹਾਡਾ ਗਾਣਾ ਮੈਂ ਵੇਖ ਰਿਹਾ ਸੀ ਯੂਟਿਊਬ 'ਤੇ। ਹਾਂਜੀ ਹਾਂਜੀ, ਅਤੇ ਬੜਾ ਮਜ਼ਾ ਆਇਆ ਉਸ ਗਾਣੇ ਦਾ। ਹਾਂਜੀ, ਉਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਜੀ, ਮਿਹਰਬਾਨੀ ਤੁਹਾਡੀ ਜੀ, ਕਿ ਯੂਟਿਊਬ 'ਤੇ ਸੀਪੀ ਗੋਲਡ ਵੱਲੋਂ ਮੇਰਾ ਇੱਕ ਨਵਾਂ ਐਲਬਮ ਆਈਟਮ ਆਇਆ, ਅਤੇ ਉਹ ਮੈਂ ਤੁਹਾਨੂੰ ਦੱਸਣਾ ਸੀ ਜੀ। ਮੇਰੇ ਵੀਰ ਵੇਖੋ, ਅਗਰ ਜਿਹੜਾ ਜਿਹੜਾ ਕੋਈ ਮੇਰੇ ਨੁਕਸੇ ਉਹ ਵੀ ਦੱਸੋ ਮੈਨੂੰ, ਤਾਂ ਕਿ ਮੈਂ ਆਇੰਦਾ ਵਾਸਤੇ ਬਿਹਤਰੀ ਕਰਾਂ। ਨਹੀਂ, ਬਹੁਤ ਮਜ਼ਾ ਆਇਆ ਜੀ ਗਾਣਾ ਸੁਣ ਕੇ। ਮੈਂ ਬੜਾ ਖੁਸ਼ ਹੋਇਆ ਕਿ ਚਲੋ ਹਾਂਜੀ, ਸਾਡਾ ਭਰਾ ਵੀ ਜਿਹੜਾ ਹਾਂਜੀ ਟੈਲੈਂਟਡ ਹੈਗਾ, ਅਤੇ ਜਿਹਨੇ ਮਾਸ਼ਾਅੱਲਾ ਬਹੁਤ ਅੱਛਾ ਗਾਇਆ ਜੀ। ਮਿਹਰਬਾਨੀ ਭਾਅ ਜੀ, ਮਿਹਰਬਾਨੀ ਮਿਹਰਬਾਨੀ। ਮੈਨੂੰ ਜ਼ਾਤੀ ਤੌਰ 'ਤੇ ਬਹੁਤ ਪਸੰਦ ਆਇਆ, ਬਹੁਤ ਅੱਛੀ, ਬਹੁਤ ਅੱਛੀ ਗਾਣੇ, ਮੈਂ ਬਹੁਤ ਸ਼ੌਕ ਨਾਲ ਸੁਣਦਾ। ਠੀਕ ਹੋ ਗਿਆ ਜੀ, ਠੀਕ ਹੈ। ਅਤੇ ਮੈਨੂੰ ਜ਼ਾਤੀ ਤੌਰ 'ਤੇ ਮਜ਼ਾ ਆਇਆ ਕਿ ਯਾਰ ਵਾਕਈ ਚਲੋ ਕੋਈ ਨਾ ਕੋਈ ਤਾਂ ਸਾਡੇ 'ਚ ਭਰਾ ਉੱਠਿਆ ਨਾ। ਠੀਕ ਹੋ ਗਿਆ ਜੀ, ਠੀਕ, ਬੜੀ ਮਿਹਰਬਾਨੀ ਜਨਾਬ। ਅਤੇ ਹੋਰ ਸਭ ਖੈਰ ਖਰੀਏ? ਅੱਲਾ ਦਾ ਸ਼ੁਕਰ ਜੀ, ਕਰਮ ਸ਼ਹਿਨਸ਼ਾਹ ਦਾ। ਅਤੇ ਹੋਰ ਤਿਆਰੀਆਂ ਕਰ ਰਹੇ ਹਾਂ, ਇਨਸ਼ਾਅੱਲਾ ਕਸੀਦੇ ਵੀ ਕਰਾਂਗੇ, ਧਮਾਲਾਂ ਵੀ ਕਰਾਂਗੇ, ਅਤੇ ਗੀਤ ਵੀ ਦੋ ਮੇਰੇ ਅਨ ਕਰੀਬ ਥੋੜ੍ਹੇ ਦਿਨਾਂ ਦੇ ਅੰਦਰ ਅੰਦਰ ਹੀ ਲਾਹੌਰੋਂ ਫਿਰ ਬਣ ਰਹੇ ਨੇ, ਆ ਰਹੇ ਨੇ। ਅਤੇ ਮੈਂ ਕਿਹਾ ਵੀਰ ਨਾਲ ਅੱਜ ਕਾਫੀ ਦਿਨ ਹੋ ਗਏ ਜੀ, ਤੁਸੀਂ ਤੁਹਾਡੇ ਮਾਸ਼ਾਅੱਲਾ ਉਹ ਸਾਂਦਲ ਟੀ ਵੀ ਚੈਨਲ ਚੱਲਿਆ ਜੀ, ਉਹਦੇ ਉੱਤੇ ਤੁਹਾਡੇ ਮੈਂ ਬੜੇ ਕਲਿੱਪ ਵੇਖ ਰਿਹਾ, ਅਤੇ ਬਹੁਤ ਅੱਛੇ, ਬਹੁਤ ਮਜ਼ਾ ਆ ਰਿਹਾ ਸੀ। ਬਸ ਅੱਜ ਕੱਲ੍ਹ ਜ਼ਰਾ ਮਸਰੂਫੀਆਂ ਬਣੀ ਹੈ, ਅਤੇ ਇਨਸ਼ਾਅੱਲਾ ਚੱਕਰ ਲਾਇਓ ਤੁਸੀਂ ਵੀ। ਹਾਂਜੀ ਹਾਂਜੀ, ਅਤੇ ਅੱਲਾ ਖੈਰ ਰੱਖੇ, ਅਤੇ ਬੈਗ ਗੱਪਸ਼ਪ ਲਾਵਾਂਗੇ। ਹਾਂਜੀ ਭਾਅ ਜੀ, ਉਹ ਮੈਂ ਨਾ ਇੱਕ ਮਸ਼ਵਰਾ ਕਰਨਾ ਸੀ ਤੁਹਾਡੇ ਨਾਲ, ਅਤੇ ਉਹ ਨਵੇਂ ਜਿਹੜੇ ਆਈਟਮ ਮੈਂ ਕਰ ਰਿਹਾ ਉਹਦੇ ਵਾਸਤੇ ਮੈਂ ਨਾ ਕੋਈ ਚਾਹੁੰਦਾ ਵਾਂ ਕਿ ਚੰਦ ਬੰਦੇ ਮੇਰੇ ਨਾਲ ਇਕੱਠੇ ਹੋਣ, ਅਤੇ ਅਸੀਂ ਇੱਕ ਨਾ ਫਿਲਮੀ ਟਾਈਪ ਕੰਮ ਸ਼ੁਰੂ ਕਰਨਾ, ਡਰਾਮਾ ਸਟੇਜ ਡਰਾਮਾ ਜਾਂ ਫਿਲਮ ਦੇ ਜਿਸ ਤਰ੍ਹਾਂ ਸ਼ੂਟਿੰਗ ਹੁੰਦੀ ਇਸ ਤਰ੍ਹਾਂ। ਮੈਂ ਕਿਹਾ ਮੇਰਾ ਵੀਰ ਦੇ ਵਿੱਚ ਟੈਲੈਂਟ ਹੈਗਾ, ਅਤੇ ਮੈਂ ਉਹਨੂੰ ਫੋਨ ਕਰਨਾ, ਉਹਨੂੰ ਪੁੱਛਣਾ ਕਿ ਅਗਰ ਉਹਨਾਂ ਕੋਲ ਟਾਈਮ ਹੋਵੇ। ਵੈਸੇ ਤਾਂ ਮੈਨੂੰ ਪਤਾ ਤੁਸੀਂ ਬਹੁਤ ਮਸਰੂਫ ਹੁੰਦੇ ਹੋ, ਲੇਕਿਨ ਤੁਹਾਡਾ ਥੋੜ੍ਹਾ ਜਿਹਾ ਮੈਨੂੰ ਚਾਹੀਦਾ ਵਾ ਬਈ, ਮੇਰੇ ਨਾਲ ਤਾਵਨ ਕਰੋ ਤਾਂ ਕਿ ਮੈਂ ਥੋੜ੍ਹਾ ਜਿਹਾ ਨਾ ਪ੍ਰਮੋਟ ਹੋ ਜਾਵਾਂ। ਤੁਸੀਂ ਮੈਨੂੰ ਦਿਖਾ ਲਿਓ, ਅੱਲਾ ਖੈਰ ਰੱਖੇ, ਅਤੇ ਇਨਸ਼ਾਅੱਲਾ ਕਰ ਲਵਾਂਗੇ ਜਿਹੜਾ ਵੀ ਕੰਮ ਹੋਇਆ, ਅਤੇ ਉਹ ਤਾਂ ਰੱਬ ਨੇ ਮਿਹਰਬਾਨੀ ਤਾਂ ਰੱਬ ਨੇ ਕਰਨੀ ਹੁੰਦੀ ਹੈ ਜੀ, ਜੀ ਬਿਲਕੁਲ, ਇਹਨਾਂ ਹੁੰਦੀ ਬੰਦੇ ਦੀ ਬਿਲਕੁਲ, ਕਰਨ ਵਾਲੀ ਹੁੰਦੀ ਉਹ ਸੋਹਣੇ ਦੀ, ਬੇਸ਼ੱਕ, ਠੀਕ ਹੈ। ਬੜੇ ਬੜੇ ਸਾਡੇ ਅੱਗੇ ਜਿਹੜੇ ਮਿੱਟੀ ਵਾਲੇ ਬੰਦੇ ਨੇ, ਉਹ ਅੱਲਾ ਪਾਕ ਉਹਨਾਂ ਨੂੰ ਬੜੀ ਛੇਤੀ ਤਾਂ ਲੈ ਜਾਂਦਾ, ਚੁੱਕ ਲੈਂਦਾ। ਨਹੀਂ ਜੀ, ਇੰਨੀ ਛੇਤੀ ਤਾਂ ਨਾ ਲੈ ਜਾਈ ਉੱਤੇ ਜੀ, ਚੁੱਕ ਲੈਂਦਾ। ਤੁਸੀਂ ਖਾਨ ਸਾਹਿਬ ਇੱਕ ਤਾਂ ਬਹੁਤ ਜਲਦੀ ਜੀ ਪੈ ਜਾਂਦੇ ਹੋ। ਨਹੀਂ ਜੀ, ਥੋੜ੍ਹਾ ਜਿਹਾ ਬੰਦਾ ਉੱਤੇ ਆ ਜਾਂਦਾ, ਹਾਂ ਹਾਂ, ਨਾਮ ਪੈਦਾ ਹੋ ਜਾਂਦਾ ਜੀ, ਬਾਕੀ ਖੈਰ ਹੋਵੇ, ਬਾਕੀ ਆ ਨਾ ਗੱਲ ਉੱਤੇ ਚੁੱਕਣ ਵਾਲੀ ਗੱਲ ਨਾ। ਅਜੇ ਤਾਂ ਮੇਰੀ ਉਮਰ ਹੀ ਕੀ ਹੈ ਉਹ ਭਾਈਆ, ਗੱਲ ਇਹ ਵੀ ਚੁੱਕਣਾ ਤਾਂ ਹੈ ਹੀ ਇੱਕ ਦਿਨ, ਅਜੇ ਤਾਂ ਕਾਕਾ 25 ਸਾਲਾਂ ਦਾ ਅਜੇ ਹੁਣ ਹੋਇਆ, ਮੈਂ ਤੂੰ ਉੱਤੇ ਵਾਲੀ ਗੱਲ, ਮੇਰੀ 5 ਉਮਰ ਨਾ ਵਧਾਈਓ, ਮੈਂ 20 ਸਾਲਾਂ ਦਾ। ਦੋ ਤਿੰਨ ਗੱਲਾਂ ਨਾ ਮੇਰੇ ਸਾਹਮਣੇ ਕਰਿਆ ਕਰੋ, ਇੱਕ ਠੰਡ ਦੀ ਅਤੇ
ਦੂਜਾ ਮਰਨ ਦੀ ਬਹੁਤ ਡਰ ਲੱਗਦਾ ਸਰ। ਖੈਰ ਹੋਵੇ ਤੁਹਾਡੀ। ਅੱਛਾ ਖਾਨ ਸਾਹਿਬ ਲੋਕ ਨਾ ਤੁਸੀਂ, ਤੁਹਾਡੀ ਤਬੀਅਤ ਵੀ ਬਹੁਤ, ਹਾਂਜੀ 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 ਬੜੀ ਗੱਲ ਹੈ। ਥੋੜਾ ਜਿਹਾ ਪਿਆਰ ਨਾਲ ਸਲੂਕ ਨਾਲ ਰੱਖਿਆ ਕਰੋ ਸਾਨੂੰ ਜੀ। ਅੱਛਾ ਵੇਖਲਾ ਕੈਸਾ ਭਾਈ ਆ ਜੇਲਰ ਦਾ, ਵੀ ਉਹ ਸਾਹਮਣੇ ਵੀ ਨਹੀਂ ਆਉਂਦਾ ਤੇ ਬੰਦਿਆਂ ਨੂੰ ਡਰਾਈ ਵੀ ਜਾਂਦਾ। ਭਾਈ ਜਾਦਵ ਕਹਿਣ ਡਿਆ ਜੀ, ਉਹ ਟੈਲੀਫੋਨ ਤੇ ਲੜਾਈ ਜਾਂਦਾ ਨਾ। ਭਾਈ ਜਾਦਵ ਕਹਿਣ ਡਿਆ ਜੀ, ਨਾ ਨਾ ਰਾਣਾ ਸਾਹਿਬ ਨੇ, ਰਾਣਾ ਜਾਦ ਸਾਹਿਬ ਬੜੇ ਅੱਛੇ ਮਾਜਲਾ, ਉਹਨਾਂ ਦੀ ਮੈਂ ਬੜੀ ਪ੍ਰੋਗਰਾਮ ਬੜੇ ਸੁਣੇ ਉਹਨਾਂ ਦੇ। ਹਾਂਜੀ ਹਾਂਜੀ, ਜੋ ਮੈਂ ਗੱਲ ਕਰ ਰਿਹਾ ਵੀ ਦੇਖੋ ਉਹ ਇੱਕ ਐਸਾ ਜਿੰਨ ਆ, ਹਾਂਜੀ, ਉਹ ਸਾਹਮਣੇ ਵੀ ਨਹੀਂ ਆਉਂਦਾ। ਹਾਂਜੀ ਹਾਂਜੀ, ਲੇਕਿਨ ਉਹ ਡਰਾਈ ਵੀ ਜਾਂਦਾ। ਇਹ ਗੱਲ ਤੁਹਾਡੀ ਕਿਸੇ ਤਰ੍ਹਾਂ ਜਮਾਈ ਠੀਕ ਹੈ, ਕਿਸੇ ਤਰ੍ਹਾਂ ਬਿਲਕੁਲ ਠੀਕ, ਇੱਦਾਂ ਹੀ ਆ। ਬਾਕੀ ਮੇਰੇ ਸਾਹਮਣੇ ਨਾ ਤੁਹਾਨੂੰ ਸਮਝ ਤਾਂ ਗਿਆ ਹੋਵੇਗੇ, ਤੁਹਾਡੀ ਮਿਹਰਬਾਨੀ ਜੀ, ਅਤੇ ਥੋੜ੍ਹਾ ਜਿਹਾ ਟਾਈਮ ਕੱਢ ਕੇ ਮੈਨੂੰ ਦੱਸਣਾ ਤੁਸੀਂ, ਨੰਬਰ ਤੁਹਾਡੇ ਕੋਲ ਮੇਰਾ ਆ ਗਿਆ ਹੁਣ, ਠੀਕ ਹੈ ਜੀ, ਮੇਰੇ ਨਾਲ ਰਾਬਤਾ ਜ਼ਰੂਰ ਕਰਨਾ। ਖੈਰ ਹੋਵੇ, ਠੀਕ, ਖੈਰ ਹੋਵੇ, ਅੱਲਾ ਮੁਲਾਕਾਤ।